ਧਰਮਾਂ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦੀ ਦੌੜ ਸ਼ੁਰੂ ਹੋ ਗਈ ਹੈ, ਉਹ ਹੈ ਗਿਣਤੀ ਵਧਾਉਣ ਦੀ ਦੌੜ। ਹਰ ਕੋਈ ਸੋਚਦਾ ਹੈ ਕਿ ਜਿਹਦੀ ਗਿਣਤੀ ਜ਼ਿਆਦਾ ਉਹ ਵੱਡਾ ਧਰਮ, ਜਿਹਦੀ ਗਿਣਤੀ ਥੋੜ੍ਹੀ ਉਹ ਛੋਟਾ ਹੈ। ਜਿਹਦੇ ਵੱਲ ਗਿਣਤੀ ਜ਼ਿਆਦਾ ਹੋਵੇ ਉਹ ਸਹੀ ਹੈ, ਜਿਹਦੇ ਵੱਲ ਗਿਣਤੀ ਘੱਟ ਹੋਵੇ ਉਹ ਗਲਤ ਹੈ। ਅਤੇ ਵੋਟ ਤੰਤਰ ਵਿੱਚ ਵੀ ਇੱਦਾਂ ਹੀ ਹੁੰਦਾ, ਬੰਦਾ ਚਾਹੇ ਗਲਤੀ ਹੋਵੇ ਪਰ ਜਿਹਦੇ ਕੋਲ ਵੋਟਾਂ ਜ਼ਿਆਦੀਆਂ ਉਹ ਸਹੀ ਹੈ, ਅਤੇ ਜੇ ਇਮਾਨਦਾਰ ਬੰਦਾ ਸਹੀ ਬੰਦਾ ਉਹਦੇ ਕੋਲ ਵੋਟਾਂ ਘੱਟ ਹੈ ਅਤੇ ਉਹ ਗਲਤ ਹੈ। ਉਹ ਵੋਟਾਂ ਨੂੰ ਗਿਣਤੀ ਨੂੰ ਆਧਾਰ ਬਣਾ ਕੇ ਸਾਰੀ ਦੁਨੀਆ ਦੀ ਖੇਡ ਚੱਲਦੀ ਹੈ, ਪਰ ਇਹ ਖੇਡ ਹੁਣ ਧਰਮ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ। ਸੋ ਇਹ ਬੜੀ ਨੁਕਸਾਨਦੇਹ ਹੈ। ਧਰਮ ਦੇ ਅੰਦਰ ਇੱਕੋ ਗੱਲ 'ਤੇ ਜ਼ੋਰ ਹੈ ਵੀ ਕਿੱਦਾਂ ਵੱਧ ਤੋਂ ਵੱਧ ਆਪੋ ਆਪਣੇ ਧਰਮ ਦੇ ਵਿੱਚ ਬੰਦੇ ਲਿਆਏ ਜਾਣ, ਕਿਵੇਂ ਕਿਸੇ ਨੂੰ ਸਿੱਖ ਬਣਾਇਆ ਜਾਏ, ਕਿਵੇਂ ਕਿਸੇ ਨੂੰ ਮੁਸਲਮਾਨ ਬਣਾ ਲਿਆ ਜਾਏ, ਕਿਵੇਂ ਕਿਸੇ ਨੂੰ ਹਿੰਦੂ ਬਣਾ ਲਿਆ ਜਾਏ। ਆਪਣੇ ਧਰਮ ਦਾ ਪ੍ਰਚਾਰ ਏਡੇ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ, ਕਾਰਨ ਇੱਕੋ ਹੀ ਵੀ ਗਿਣਤੀ ਕਿਵੇਂ ਵਧੇ। ਅਸੀਂ ਜਿੰਨੇ ਵੀ ਪ੍ਰਚਾਰਕ ਹੈ ਉਹ ਇਸ ਗੱਲ 'ਤੇ ਜ਼ੋਰ ਦਿੰਦੇ ਆ ਵੀ ਗਿਣਤੀ ਵਧਣੀ ਚਾਹੀਦੀ ਹੈ। ਜਿੰਨਿਆਂ ਜ਼ਿਆਦਿਆਂ ਨੂੰ ਕਿਸੇ ਨੇ ਅੰਮ੍ਰਿਤ ਛਕਾ ਦਿੱਤਾ, ਧਰਮੀ ਬਣਾ ਦਿੱਤਾ, ਭੇਖ ਬਾਣਾ ਪਵਾ ਦਿੱਤਾ, ਉਹ ਲੱਗਦਾ ਵੀ ਵੱਡਾ ਪ੍ਰਚਾਰਕ ਹੈ, ਵੀ ਵੱਡਾ ਸੰਤ ਹੈ। ਗਿਣਤੀ ਦੇ ਨਾਲ ਕਿਸੇ ਦੇ ਧਰਮੀ ਹੋਣ ਨੂੰ ਕਿਸੇ ਦੇ ਪ੍ਰਚਾਰਕ ਹੋਣ ਨੂੰ ਜੋੜ ਕੇ ਦੇਖਿਆ ਜਾ ਰਿਹਾ। ਇਹ ਬੜੀ ਖਤਰਨਾਕ ਚੀਜ਼ ਹੈ। ਅਸਲ ਵਿੱਚ ਇੱਕ ਗਿਣਤੀ ਹੈ ਅਤੇ ਇੱਕ ਹੈ ਗੁਣ। ਧਰਮੀ ਹੋਣ ਦਾ ਗੁਣ ਜਿਹੜਾ ਇਹ ਕਿਧਰੇ ਨਜ਼ਰ ਨਹੀਂ ਆਉਂਦਾ, ਅਤੇ ਜਿਹੜੀ ਗਿਣਤੀ ਹੈ ਇਹ ਦਿਨੋ ਦਿਨ ਜਿਹੜੀ ਹੈ ਹਰੇਕ ਧਰਮ ਦੇ ਪੈਰੋਕਾਰਾਂ ਦੀ ਵਧਾਉਣ ਦੇ ਉੱਤੇ ਜ਼ੋਰ ਲੱਗਿਆ ਹੋਇਆ, ਗਿਣਤੀ ਵੱਧ ਵੀ ਰਹੀ ਹੈ। ਕਿਤੇ ਖਬਰਾਂ ਸੁਣੀ ਦੀਆਂ ਇੰਨੇ ਜ਼ਿਆਦਾ ਲੋਕ ਅੰਮ੍ਰਿਤਧਾਰੀ ਹੋ ਗਏ, ਇੰਨੇ ਜ਼ਿਆਦਾ ਨੇ ਅੰਮ੍ਰਿਤ ਛਕ ਲਿਆ, ਠੀਕ ਹੈ, ਪਰ ਇੱਕੋ ਹੀ ਪੈਮਾਨਾ ਰੱਖਿਆ ਹੋਇਆ ਗਿਣਤੀ ਦਾ। ਹੁਣ ਕੀ ਗਿਣਤੀ ਦੇ ਨਾਲ ਹੀ ਦੁਨੀਆਂ ਦੇ ਅੰਦਰ ਸੁੱਖ ਸ਼ਾਂਤੀ ਜਿਹੜੀ ਹੈ ਇਹ ਵੱਧ ਸਕਦੀ ਹੈ? ਸੋ ਇਹ ਜ਼ਰੂਰੀ ਨਹੀਂ ਵੀ ਸਿੱਖ ਹੀ ਹੋਣ ਜਾਂ ਮੁਸਲਮਾਨ ਹੀ ਹੋਣ ਜਾਂ ਗਿਣਤੀ ਵਿੱਚ ਹਿੰਦੂ ਹੀ ਜ਼ਿਆਦਾ ਹੋਣ, ਦੁਨੀਆਂ ਦੇ ਅੰਦਰ ਸਾਡਾ ਧਰਮ ਹੀ ਜ਼ਿਆਦਾ ਹੋਵੇ। ਧਰਮ ਕੋਈ ਵੀ ਹੋਵੇ, ਧਰਮ ਕੋਈ ਵੀ ਮਾੜਾ ਨਹੀਂ, ਪਰ ਬੰਦੇ ਦੇ ਅੰਦਰ ਧਰਮ ਹੋਣਾ ਜ਼ਰੂਰੀ ਹੈ। ਬੰਦਾ ਧਰਮੀ ਹੋਵੇ, ਬੰਦੇ ਨੇ ਧਰਮ ਦਾ ਭੇਖ ਧਾਰਨ ਕੀਤਾ ਪਰ ਉਹ ਧਰਮੀ ਹੈ ਹੀ ਨਹੀਂ, ਅਤੇ ਇਹੋ ਜਿਹੇ ਧਰਮ ਨੇ ਦੁਨੀਆਂ ਦੇ ਅੰਦਰ ਸੁੱਖ ਕੀ ਦੇਣਾ ਹੈ? ਉਹ ਜਿਹੜਾ ਧਰਮ ਦਾ ਭੇਖ ਧਾਰਨ ਕਰੀ ਬੈਠਾ ਬੰਦਾ ਉਹ ਦੁਨੀਆਂ ਦੇ ਅੰਦਰ ਇੱਕ ਖਤਰਾ ਹੈ। ਕ੍ਰਿਮੀਨਲ ਬੰਦੇ ਨੇ ਬਸ ਇੱਕ ਧਰਮੀਆਂ ਵਾਲਾ ਭੇਖ ਬਣਾ ਲਿਆ। ਸੋ ਗਿਣਤੀ ਤਾਂ ਵਧਾ ਲਈ ਹੈ, ਸਾਰੇ ਧਰਮਾਂ ਦਾ ਜ਼ੋਰ ਵੀ ਲੱਗਿਆ ਹੋਇਆ ਗਿਣਤੀ ਵਧਾਉਣ 'ਤੇ, ਪਰ ਧਰਮੀ ਬੰਦਾ ਕੋਈ ਨਜ਼ਰ ਨਹੀਂ ਆ ਰਿਹਾ। ਗੁਰੂ ਨਾਨਕ ਦੇਵ ਜੀ ਦਾ ਵਚਨ ਹੈ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸ਼ਰਮ ਧਰਮ ਇਹ ਦੋਵੇਂ ਹੀ ਛੱਪ ਗਏ ਹੈ, ਲੁਕ ਗਏ ਹੈ, ਨਜ਼ਰ ਹੀ ਨਹੀਂ ਆਉਂਦੇ ਹੈ। ਪਰ ਜੇ ਦੁਨੀਆਂ ਅੰਦਰ ਝਾਤੀ ਮਾਰੀਏ ਤਾਂ ਬਹੁਤ ਧਰਮੀ ਧਰਮ ਨਜ਼ਰ ਆਉਂਦਾ ਹੈ। ਹਰ ਪਾਸੇ ਪਾਠ ਪੂਜਾ ਭਜਨ ਕੀਰਤਨ ਹੋ ਰਿਹਾ, ਕਥਾ ਹੋ ਰਹੀਆਂ, ਪ੍ਰਚਾਰ ਹੋ ਰਿਹਾ, ਪਰ ਧਰਮ ਕਿਧਰੇ ਨਜ਼ਰ ਨਹੀਂ ਆਉਂਦਾ ਹੈ। ਇਸ ਕਰਕੇ ਧਰਮ ਪੰਖ ਕਰ ਉੱਡ ਰਿਹਾ। ਅਤੇ ਇਹਦਾ ਮੇਨ ਕਾਰਨ ਇਹ ਹੈ ਵੀ ਜ਼ੋਰ ਹੀ ਗਿਣਤੀ ਵਧਾਉਣ 'ਤੇ ਦਿੱਤਾ ਹੋਇਆ। ਗੁਣ ਵਧਾਉਣ 'ਤੇ ਕਿਸੇ ਵਿਰਲੇ ਦਾ ਹੀ ਧਿਆਨ ਹੋ ਸਕਦਾ ਵੀ ਜਿਹੜਾ ਸੰਗਤ ਵਿੱਚ ਗੁਣ ਪ੍ਰਾਪਤ ਕਰਨ ਵਾਸਤੇ, ਸੰਗੁਣਾਂ ਦੀ ਸਾਂਝ ਕਰਨ ਵਾਸਤੇ ਜਾਂਦਾ ਹੈ। ਇਸ ਕਰਕੇ ਗਿਣਤੀ ਵਧਾਉਣ ਦਾ ਸੰਬੰਧ ਸਾਡੇ ਹੰਕਾਰ ਨਾਲ ਵੀ ਹੈ ਵੀ ਜੇ ਅਸੀਂ ਗਿਣਤੀ ਵਧਾ ਦਿੰਦੇ ਹਾਂ, ਕਿਸੇ ਨੂੰ ਆਪਣੇ ਧਰਮ ਵਿੱਚ ਭੇਖ ਵਿੱਚ ਲੈ ਆਉਂਦੇ ਹਾਂ, ਤਾਂ ਇੱਕ ਹੰਕਾਰ ਨੂੰ ਤ੍ਰਿਪਤੀ ਮਿਲਦੀ ਹੈ, ਹੰਕਾਰ ਵਿੱਚ ਵਾਧਾ ਹੋ ਜਾਂਦਾ ਹੈ।
ਵੀ ਅਸੀਂ ਇੰਨੇ ਜ਼ਿਆਦਾ ਲੋਕ ਜਿਹੜੇ ਆ ਧਰਮੀ ਬਣਾ ਦਿੱਤੇ, ਪਰ ਇਕੱਲੇ ਧਰਮ ਦੇ ਭੇਖ ਨਾਲ ਹੀ ਬੰਦਾ ਧਰਮੀ ਹੋ ਜਾਂਦਾ, ਇਹ ਵਿਚਾਰਨ ਵਾਲੀ ਚੀਜ਼ ਹੈ। ਸੋ ਮੈਂ ਇਹ ਨਹੀਂ ਕਹਿੰਦਾ ਵੀ ਅੰਮ੍ਰਿਤਧਾਰੀ ਹੀ ਹੋਣ ਦੁਨੀਆਂ ਦੇ ਅੰਦਰ ਸਾਰੇ, ਹੁਣ ਸਾਰੀ ਦੁਨੀਆਂ ਦੇ ਅੰਦਰ, ਪਰ ਸਹੀ ਮੁਸਲਮਾਨ ਹੋਣ, ਹੋਣ ਸਾਈਂ ਮੀਆਂ ਮੀਰ ਜੀ ਵਰਗੇ, ਸਾਈਂ ਭੀਖਣ ਸ਼ਾਹ ਵਰਗੇ, ਪੀਰ ਬੁੱਧੂ ਸ਼ਾਹ ਵਰਗੇ, ਭਾਈ ਗਨੀ ਖਾਂ, ਭਾਈ ਨਬੀ ਖਾਂ ਵਰਗੇ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਅਤੇ ਪ੍ਰੇਮ ਨਾਲ ਵਰਤਣ ਦਾ ਜਿਨ੍ਹਾਂ ਨੂੰ ਜੀਵਨ ਜਾਚ ਢੰਗ ਹੈ। ਸੋ ਉਹ ਜੇ ਸਾਈਂ ਮੀਆਂ ਮੀਰ ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਾਰੀ ਦੁਨੀਆਂ ਅੰਦਰ ਹੁੰਦੇ ਆ ਤਾਂ ਕੀ ਮੁਸਲਮਾਨ ਮਾੜੇ ਆ? ਤਾਂ ਐਸੇ ਮੁਸਲਮਾਨ ਤਾਂ ਸਾਰੀ ਦੁਨੀਆਂ ਅੰਦਰ ਹੋ ਜਾਣੇ ਚਾਹੀਦੇ ਆ। ਅਤੇ ਜੇ ਹਿੰਦੂ ਹੈ ਅਤੇ ਹਿੰਦੂ ਸਾਰੀ ਦੁਨੀਆਂ ਵਿੱਚ ਹੋ ਜਾਣ, ਠੀਕ ਹੈ, ਕੋਈ ਮਾੜੀ ਗੱਲ ਨਹੀਂ ਹੈ। ਪਰ ਹੋਣ ਬਾਬਾ ਮੋਤੀ ਰਾਮ ਮਹਿਰਾ ਵਰਗੇ, ਬਾਬੇ ਟੋਡਰਮੱਲ ਵਰਗੇ, ਸੇਠ ਟੋਡਰਮੱਲ ਜੀ ਵਰਗੇ ਹੋਣ, ਸੱਚ ਨੂੰ ਪਛਾਣਨ ਵਾਲਾ ਕਿਸੇ ਵੀ ਧਰਮ ਦਾ ਹੋਵੇ, ਜਿਹਦੇ ਅੰਦਰ ਧਰਮ ਹੋਣ ਦਾ ਗੁਣ ਹੈ, ਉਹ ਪ੍ਰਵਾਨ ਹੈ, ਉਹ ਬੰਦਾ ਜਿਹੜਾ ਹੈ ਉਹ ਕੋਈ ਟਾਵਾਂ ਟਾਵਾਂ ਨਜ਼ਰ ਆਉਂਦਾ। ਇਸ ਕਰਕੇ ਭਾਈ, ਗਿਣਤੀ ਤੋਂ ਜ਼ਿਆਦਾ ਗੁਣ ਪੈਦਾ ਕਰਨ ਦੀ ਜੇ ਕੋਸ਼ਿਸ਼ ਕੀਤੀ ਜਾਵੇ, ਇਹ ਜ਼ਰੂਰੀ ਹੈ ਅੱਜ ਦੇ ਸਮੇਂ ਅੰਦਰ। ਨਹੀਂ ਤਾਂ ਜਿਹੜਾ ਇਹ ਧਰਮ ਹੁਣ ਤਿਆਰ ਹੋ ਰਿਹਾ, ਸਾਰੇ ਪਾਸੇ ਧਰਮ ਤਿਆਰ ਹੋ ਰਹੇ ਆ, ਗਿਣਤੀ ਅਸੀਂ ਭਾਵੇਂ ਮਸੀਤ ਢਾਹ ਕੇ ਅਤੇ ਆਪਣਾ ਕਬਜ਼ਾ ਕਰੀਏ, ਚਾਹੇ ਕੋਈ ਮੰਦਰ ਢਾਹ ਕੇ ਕਬਜ਼ਾ ਕਰੇ, ਕੋਈ ਗੁਰਦੁਆਰੇ 'ਤੇ ਕਬਜ਼ਾ ਕਰੇ, ਗੁਰਦੁਆਰਿਆਂ 'ਤੇ ਹਮਲੇ ਕਰਕੇ ਤਬਾਹ ਕੀਤਾ ਜਾਏ ਦੂਜੇ ਧਰਮ ਨੂੰ, ਆਪਣੇ ਧਰਮ 'ਚ ਵਾਧਾ ਹੋਵੇ, ਬਸ ਇੱਕੋ ਹੀ ਗੱਲ ਹੈ, ਗਿਣਤੀ ਵਧੇ, ਬਸ ਸਾਡੇ ਧਰਮ ਦਾ ਕਬਜ਼ਾ ਹੋ ਜਾਏ। ਇਹ ਜਿਹੜੀ ਬਿਰਤੀ ਹੈ ਇਹ ਬੜੀ ਨੁਕਸਾਨਦੇਹ ਹੈ, ਇਹਦੇ ਨਾਲ ਇਨਸਾਨੀਅਤ ਨੂੰ, ਮਾਨਵਤਾ ਨੂੰ, ਮਨੁੱਖਤਾ ਨੂੰ ਬਹੁਤ ਵੱਡਾ ਖਤਰਾ ਹੈ। ਸੋ ਇਹ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਕੱਲੀਆਂ ਗਿਣਤੀਆਂ ਨਾ ਗਿਣੀ ਜਾਈਏ ਵੀ ਇੰਨੇ ਸਿੱਖ ਬਣਾ ਦਿੱਤੇ, ਇੰਨੇ ਅੰਮ੍ਰਿਤਧਾਰੀ ਬਣਾ ਦਿੱਤੇ ਹੈ, ਧਰਮ ਹੀ ਕਿੰਨੇ ਕੁ ਬਣ ਗਏ ਹੈ, ਧਰਮ ਕਿੰਨਿਆਂ ਦੇ ਅੰਦਰ ਆ ਗਿਆ, ਗੁਣ ਕਿੰਨਿਆਂ ਦੇ ਅੰਦਰ ਆ ਗਏ ਹੈ, ਸਿੱਖੀ ਸਿਦਕ ਕਿੰਨਿਆਂ ਦੇ ਅੰਦਰ ਆ ਗਿਆ, ਧਰਮੀ ਹੋਣ ਦਾ ਗੁਣ ਕਿੰਨਿਆਂ ਨੇ ਪ੍ਰਾਪਤ ਕਰ ਲਿਆ, ਇਹ ਇੱਕ ਵੱਖਰੀ ਚੀਜ਼ ਹੈ। ਅਤੇ ਧਰਮੀ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਆ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਜ਼, ਉਹ ਤਾਂ ਟਾਵਾਂ ਟਾਵਾਂ ਕੋਈ ਵਿਰਲਾ ਜੱਗ ਮੈਂ ਉੱਤਮ ਕੱਢੀ ਹੈ, ਵਿਰਲੇ ਕਹੀ ਕੇ ਕਿਤੇ ਕਿਤੇ ਕੋਈ ਦੀਵਾ ਜਗਦਾ ਨਜ਼ਰ ਆਉਂਦਾ, ਨਹੀਂ ਤਾਂ ਸਾਰੇ ਅੰਨਿਆਂ ਵਾਂਗੂ ਆਪਸ ਵਿੱਚ ਟਕਰਾਉਂਦੇ ਫਿਰਦੇ ਆ ਭਾਈ, ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਸੋ ਇਹ ਬੜੀ ਖਤਰਨਾਕ ਚੀਜ਼ ਹੈ। ਕੁਆਲਿਟੀ ਚਾਹੀਦੀ ਹੈ ਜਾਂ ਕੁਆਂਟਿਟੀ ਚਾਹੀਦੀ ਹੈ, ਇਹ ਦੋਵੇਂ ਜਿਹੜੀਆਂ ਗੱਲਾਂ ਨੇ ਇਹ ਮਾਇਨੇ ਰੱਖਦੀਆਂ, ਜਾਂ ਤਾਂ ਕੁਆਲਿਟੀ ਹੋਵੇ ਅਤੇ ਜਾਂ ਕੁਆਂਟਿਟੀ ਹੋਵੇ, ਇਹ ਦੋਨਾਂ ਦੇ ਵਿੱਚੋਂ ਅਸੀਂ ਵਿਚਾਰ ਕਰਕੇ ਧਰਮ ਨੂੰ ਅਪਣਾਉਣਾ ਹੈ ਵੀ ਅਸੀਂ ਆਪਣੇ ਅੰਦਰ ਗੁਣ ਪੈਦਾ ਕਰਨੇ ਹੈ ਜਾਂ ਫਿਰ ਇੱਕ ਗਿਣਤੀ ਵਿੱਚ ਸ਼ਾਮਿਲ ਹੋਣਾ। ਸੋ ਇਹ ਅੱਜ ਦੀ ਵਿਚਾਰ ਦਾ ਵਿਸ਼ਾ ਸੀ, ਕੁਆਲਿਟੀ ਜਾਂ ਕੁਆਂਟਿਟੀ। ਵਾਹਿਗੁਰੂ ਜੀ ਕਾ ਖਾਲਸਾ।